ਪੰਜਾਬ ਚ ਕੇਜੀਐਫ ਪੁਸ਼ਪਾ ਚਲਪੀ ਪੁਸ਼ਪਾ ਮੂਵੀ ਚ ਉਹਨਾਂ ਨੇ ਆਈਪੀਐਸ ਨੂੰ ਨੰਗਾ ਕਰਕੇ ਕੁੱਟਿਆ ਐਂਡ ਚ ਹੈ ਕੋਈ ਪਰਚਾ ਹੋਇਆ ਵੀ ਵਿਰੇ ਕੋਈ ਆ YouTube ਤੇ ਗੰਦ ਪਿਆ ਖੜਾ ਕੋਈ ਪਰਚਾ ਹੁੰਦਾ ਵੀਰੇ ਹੈ Netflix ਤੇ ਕੀ ਕੀ ਚੱਲਦਾ ਕੋਈ ਪਰਚਾ ਹੁੰਦਾ ਮੈਂ ਕਹਿੰਦਾ ਵੀ ਸਾਰੇ ਪੰਜਾਬ ਦਾ ਹੈਗਾ ਸਾਰੇ ਪੰਜਾਬ ਦਾ ਤੁਸੀਂ ਇੱਕੋ ਦਮ ਖਤਮ ਕਰ ਦੋ ਨਾ ਸਾਰੇ ਪੰਜਾਬ ਦਾ ਇੱਕੋ ਦਮ ਖਤਮ ਕਰ ਦੋ netflix ਬੰਦ ਕਰਾ ਦਿਓ youtube ਤੋਂ ਬੰਦ ਕਰਾ ਦਿਓ ਸਾਰੇ ਇੰਡੀਆ ਦਾ ਜਾਂ ਫਿਰ ਪੰਜਾਬ ਨੂੰ ਇੱਕ ਵੱਖਰਾ ਹੀ ਕਾਨੂੰਨ ਬਣਾਈ ਬੈਠੇ ਹੋ ਤੁਸੀਂ ਪੰਜਾਬ ਲਈ ਮੈਂ ਤਾਂ ਖੁਦ ਕਹਿ ਰਿਹਾ ਕਿ ਸਾਰੇ ਪੰਜਾਬ ਦਾ ਬੰਦ ਕਰ ਦਿਓ ਇਕੱਠਾ ਪਰ ਕੋਈ ਕੋਈ ਵਾਇਲੈਂਸ ਹੋਰ ਨਹੀਂ ਆਹ ਪਠਾਨ ਮੂਵੀ ਚ ਤਾੜ ਤਾੜ ਗੋਲੀਆਂ ਚਲਾਈ ਜਾਂਦੇ ਆ ਯਾਰ ਹੱਦ ਹੋ ਗਈ ਡਿਸਕਲੇਮਰ ਵੀ ਦਿੱਤਾ ਮੈਂ ਤਾਂ ਗਾਣਿਆਂ ਚ ਤੇ ਮੈਂ ਹੀ ਦੇਖਦਾ ਸਭ ਨੂੰ ਤੇ ਮੈਨੂੰ ਇੱਕ ਚੀਜ਼ ਤੇ ਅੱਜ ਬੜਾ ਦੁੱਖ ਹੋਇਆ ਚਲ ਸਾਰੇ ਕੀ ਪੰਜਾਬ ਕੀ ਪੰਜਾਬ ਨੂੰ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿ ਕੀ ਸਾਜ਼ਿਸ਼ਾਂ ਚੱਲਦੀਆਂ ਕਿਵੇਂ ਕਿਸੇ ਬੰਦੇ ਨੂੰ ਫਸਾਉਂਦੇ ਐ ਕਿਵੇਂ ਸਰਕਾਰ ਕੀ ਕੀ ਹਥਕੰਡੇ ਅਪਣਾਉਂਦੀ ਐ ਪੰਜਾਬ ਦੇ ਲੋਕ ਤੁਸੀਂ ਤਾਂ ਵੀਰੇ ਸਿਆਣੇ ਹੋ ਯਾਰ ਇੱਕ ਵਕੀਲ ਵੀ ਰ ਆ ਕੇ ਉਹ ਪੁੱਛ ਰਿਹਾ ਹੈਗਾ ਉਹ ਰਿਪੋਰਟਰ ਭਰਾ ਨੇ ਦਿਨਿਕ ਸਵੇਰਾ ਦੇ ਰਿਪੋਰਟਰ ਨੇ ਪੁੱਛਿਆ ਕਹਿੰਦੇ ਵੀ ਵੀਰੇ ਵੀ ਕਲਾਕਾਰ ਕਹਿੰਦੇ ਹੈਗੇ ਆ ਵੀ ਚਲੋ ਇਹ ਆ ਕਮਰਸ਼ial ਗਾਣੇ ਸਾਨੂੰ ਗਾਉਣੇ ਪੈਂਦੇ ਆ ਕਿਸੇ ਰਿਪੋਰਟਰ ਨੇ ਕਿਹਾ ਤੇ ਉਹ ਵੀਰ ਅੱਗੋਂ ਕਹਿੰਦਾ ਕਿ ਮੈਂ ਤਾਂ ਇਹਨਾਂ ਨੂੰ ਸਲਾਹ ਦਿੰਨਾ ਕਿ ਇਹ ਐਕਸ ਨਾਮ ਦੀਆਂ ਫਿਲਮਾਂ ਆਉਂਦੀਆਂ ਬਲੂ ਫਿਲਮਾਂ ਉਹ ਕਹਿੰਦਾ ਇਹਦੇ ਪਰਿਵਾਰ ਨੂੰ ਮੈਂ ਕਹਿੰਦਾ ਇਹਨਾਂ ਦੇ ਨੂੰ ਉਹ ਫਿਲਮਾਂ ਬਣਾ ਲੈਣ ਤੇ ਇਹਨਾਂ ਦੀ ਮੈਂ ਟਿੱਡ ਦੇਖੂਗਾ ਫਲਾਨਾ ਦੇਖੂਗਾ ਵੀਰੇ ਕੀ ਬੋਲੀ ਜਨਾ ਭਰਾ ਸਿਆਣਾ ਸੋਤਾ ਬੰਦਾ ਯਾਰ ਵੀਰੇ ਤੂੰ ਵਕੀਲ ਐ ਭਰਾ ਵਕੀਲ ਬੰਦਾ ਯਾਰ ਵੀਰੇ ਹੱਦ ਹੋਈ ਪਈ ਐ ਸਾ ਇੱਕ ਕੀ ਵਕੀਲ ਹੋ ਜਾਣਾ ਜਾਂ ਇੱਕ ਲੀਡਰ ਹੋ ਜਾਣਾ ਜਾਂ ਤੁਸੀਂ ਸਰਕਾਰੀ ਮਹਿਕਮੇ ਚ ਹੋਇਨੇ ਹੋ ਤੁਸੀਂ ਇੰਨੇ ਇੰਨੇ ਖੁੱਲ ਜਾਣੇ ਹੋ ਵੀਰੇ ਮੈਂ ਵਕੀਲ ਭਰਾਵਾਂ ਨੂੰ ਵੀ ਇੱਕ ਸਲਾਹ ਦਿੰਨਾ ਮੈਨੂੰ 2 4 ਅੱਜ ਭਾਈ ਸਾਹਿਬ ਰਾਜੋਆਣਾ ਜੀ ਜਿਹੜੇ ਜੇਲ੍ਹ 'ਚ ਹੈਗੇ ਉਹਨਾਂ ਦੀ ਆਈ ਥਿੰਕ ਸਿਸਟਰ ਦਾ ਫੋਨ ਆਇਆ ਸੀ ਮੈਨੂੰ ਭੈਣ ਦਾ ਫੋਨ ਆਇਆ ਸੀਗਾ ਅੱਜ ਤੋਂ ਬੇੜੀਆਂ ਗਾਣੇ ਤੋਂ ਆਈ ਥਿੰਕ ਦੂਜੇ ਤੀਜੇ ਦਿਨ ਉਸ ਭੈਣ ਦਾ ਦਰਦ ਸੁਣ ਕੇ ਕਾਲਜੇ ਪਾਟਦੇ ਆ 26 26 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਜੇਲ੍ਹਾਂ 'ਚ ਬੈਠਾ ਹੈਗਾ ਸਾਡਾ ਵਕੀਲ ਭਰਾ ਹੈਗੇ ਆ ਘਟ ਤੋਂ ਘਟ ਉਹਨਾਂ ਲਈ ਕੇਸ ਲੜਦੀ ਹੈ ਵੀਰੇ ਸਾਨੂੰ ਤਾਂ ਤੁਸੀਂ ਕੰਜਰ ਕਹਿੰਦੇ ਉਸ ਤਾਂ ਹੈ ਹੀ ਕੰਜਰ ਚਲੋ ਤੁਸੀਂ ਸਾਨੂੰ ਸਾਡੇ ਅਰਗੀਆਂ ਪਿੱਛੇ ਤੁਸੀਂ ਕਲਮਾ ਕਹਿੰਦੇ ਵੀ ਅਸੀਂ ਕਲਮਾ ਦਾ ਜੋਰ ਦਿਖਾਵਾਂਗੇ ਫਲਾਣਾ ਮੈਂ ਕਹਿੰਦਾ ਬੰਦੀ ਸਿੰਘਾਂ ਲਈ ਕੇਸ ਲੜ ਲਈਏ 26 26 ਸਾਲਾਂ ਤੋਂ ਜੇਲ੍ਹ ਚਾ ਵੀਰੇ ਚਲੋ ਜੋ ਵੀ ਆ ਬਹੁਤ ਬਹੁਤ ਔਖਾ ਭਰਾ ਜ਼ਿੰਦਗੀ 'ਚ بڑے ਕਲਾਕਾਰਾਂ ਨੇ ਮੈਨੂੰ ਜੋ ਹੋ ਰਹੀਆਂ ਚਲੋ ਆਪ ਚੁਣੇ ਰਾਹੇ ਆਪ ਚੁਣੇ بڑے ਲੋਕਾਂ ਨੇ بڑے ਭਰਾਵਾਂ ਨੇ ਬੈਠ ਬੈਠ ਕੇ ਕਹਿਣਾ ਕਿ ਸ਼ਰੀ ਜਿੰਦਗੀ ਐਡੀ ਔਖੀ ਹੋ ਜੂ ਤੇਰੀ ਜਿੰਦਗੀ ਨਰਕ ਕਰ ਦੇਣਗੇ ਨਾ ਇਹਨਾਂ ਨਾਲ ਪੜ ਆਪਣੀ ਔਕਾਤ ਨਹੀਂ ਗਈ ਇਸ ਸਿਸਟਮ ਨਾਲ ਪੜਨ ਦੀ